मैं तो आप हिसाब कर लूंगा जिन्हें देना है। ओए मामा मैंने कह दिया था क्या तू ते बिना इना दी बंदरवाजी मुठी मुते रूप बिना। ਕਿਤਾ ਜੀ ਵੈਲਕਮ ਟੂ ਆਈ ਯੂਟਿਊਬ ਚੈਨਲ। ਸੋ ਅੱਜ ਦੀ ਡੇਟ ਹੈਗੀ ਆ 11 ਦਸੰਬਰ, ਮੇਰੀ ਸਿਸਟਰ ਦਾ ਵਿਆਹ ਹੈ ਕੱਲ ਤੇ ਅੱਜ ਆਪਾਂ ਵਲੌਗ ਬਣਾ ਰਹੇ। ਮੈਂ ਕਿਹਾ ਵਲੌਗ ਬਣਾਉਂਦੇ ਨੀਚੇ, ਇਸ ਟਾਈਮ ਮੈਂ 3rd ਫਲੋਰ ਤੇ ਆ, ਸਾਡੇ ਨੀਚੇ ਪਾਰਟ ਆ, ਤੁਸੀਂ ਮੇਰਾ ਨਿਊ ਲੁੱਕ ਦੇਖ ਰਹੇ ਹੋਵੋਗੇ ਕਿਵੇਂ ਕਿਵੇਂ ਲੱਗ ਰਿਹਾ। ਤੇ ਮੈਂ ਦੱਸਣਾ ਚਾਹੁੰਦਾ ਮੇਰੇ ਕਜ਼ਨ, ਮੇਰੇ ਬ੍ਰਦਰ, ਮੇਰੇ ਜਸ਼ਨੇ ਬੰਨੀ ਜੋ ਇਸ ਟਾਈਮ ਵੀਡੀਓ ਬਣਾ ਰਿਹਾ। ਸੋ ਤੁਹਾਨੂੰ ਸਭ ਨੂੰ ਮੇਰੀ ਪੱਗ ਵਗੈਰਾ ਕਿਵੇਂ ਲੱਗੀ, ਕਲਰ ਵਗੈਰਾ ਸਭ ਸਹੀ ਆ, ਦੱਸੋ ਕਿਵੇਂ ਲੱਗਿਆ। ਮੈਂ ਪਿੰਕ ਸ਼ਰਟ ਵੇਅਰ ਕਰੀ, ਜੀਨ ਵੇਅਰ ਕਰੀ ਆ। ਸੋ ਤੇ ਤੁਹਾਨੂੰ ਮੈਂ ਦਿਖਾਉਂਦਾ ਕਿ ਪੰਜਾਬੀ ਵੈਡਿੰਗ ਕਿਵੇਂ ਹੁੰਦੀ ਆ, ਦੋ ਤਿੰਨ ਦਿਨ ਘਰ 'ਚ ਕੀ ਹੁੰਦਾ। ਅੱਜ ਅਸੀਂ ਪਾਰਟ ਰਖਾਇਆ, ਸ਼ਾਮ ਨੂੰ ਡੀਜੇ ਜਾਗੋ ਸਭ ਪ੍ਰੋਗਰਾਮ ਹੋਊਗਾ ਅਤੇ ਕੱਲ੍ਹ ਨੂੰ ਵਿਆਹ ਹੈ। ਅਤੇ ਤੁਹਾਨੂੰ ਮੈਂ ਵਲੌਗ ਸਭ ਕੁਝ ਦਿਖਾਉਂਗਾ, ਠੀਕ ਹੈ, ਬਣੇ ਰਹੋ ਮੇਰੇ ਨਾਲ। ਚਲੋ ਤੁਸੀਂ ਮੇਰੇ ਸਾਰਿਆਂ ਨੇ ਪੱਗ ਦੇਖ ਲਈ ਹੋਣੀ, ਮੇਰੀ ਪੱਗ ਕਿਵੇਂ ਲੱਗ ਰਹੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸੋ। ਅਤੇ ਮੇਰੇ ਬ੍ਰਦਰ ਨੇ ਮੇਰੀ ਪੱਗ ਬਣੀ, ਮੈਂ ਉਹਨੂੰ ਬੁਲਾਉਂਦੀ ਜਸ਼ਨ ਆਇਓ। ਸੋ ਇਹ ਮੇਰਾ ਬ੍ਰਦਰ, ਇਹਨੇ ਪੱਗ ਬੰਨੀ ਹੈ, ਹਾਈ ਕਰਦੇ ਚੰਗੀ ਤਰ੍ਹਾਂ। ਅਤੇ ਸੋ ਇਹਨੇ ਪੱਗ ਬੰਨਣ ਸਿਰਫ 10 ਮਿੰਟ ਵੀ ਨਹੀਂ ਲਾਏ, ਮਤਲਬ 5 ਮਿੰਟ ਲਾਏ। ਇਹ ਆਪਦੀ ਪੱਗ ਬੰਨਣ ਨੂੰ ਬਹੁਤ ਟਾਈਮ ਲਾਉਂਦਾ ਕਿਉਂਕਿ ਇਹ ਥੋੜ੍ਹਾ ਵਧੀਆ ਬਣਦਾ, ਪਰ ਮੇਰੇ ਪੱਗ ਵੀ ਨੇ ਬਹੁਤ ਸੋਹਣੀ ਬੰਨੀ ਆ। ਅਤੇ ਕਲਰ ਵਗੈਰਾ ਇਹਨੇ ਸਭ ਕੁਛ ਆਪ ਹੀ ਸਿਲੈਕਟ ਕੀਤਾ ਮੇਰੇ ਲਈ, ਅਤੇ ਮੈਨੂੰ ਬਹੁਤ ਪਸੰਦ ਆਈ ਆ। ਅਤੇ ਦੇਖਦੇ ਲੋਕਾਂ ਦਾ ਕਿਆ ਰਿਐਕਸ਼ਨ ਆ। ਥੈਂਕ ਯੂ ਸੋ ਮਚ ਜਸ਼ਨ। ਚਲੋ ਹੁਣ ਬੰਦ ਚੱਲਦੇ ਹਾਂ, ਆ ਜਾਓ। ਬੇਨਹਾਰ ਤਬ ਛਾਟੈ ਤਾਹੈ ਆਹਾਰ, ਨਾਨਕ ਕਉ ਨ ਸਿਜੈ ਤਨ ਨਾਮੈ। ਦਸਾਇ ਜੀ ਪਾਛੈ ਤਾਹੈ ਤਾਹੈ ਗੁਰਵਾਇ ਜੀ ਬੰਦੀ ਕਉ ਨ ਸਿਜੈ। ਇਹ ਆਪਣੇ ਵਿਆਹ ਦੀ ਸਾਰੀ ਡੈਕੋਰੇਸ਼ਨ ਹੈ, ਨੋ ਦੇਖੋ ਉੱਪਰ। ਓ ਮਾਈ ਇਹ ਵਲੌਗ ਵੀਡੀਓ ਯੂਟਿਊਬ ਤੇ ਦੇਖ ਲਿਓ ਬਾਈ, ਸਾਰਿਆਂ ਨੂੰ ਬਾਏ ਕਰ ਦਿਓ। ਚਲੋ ਜੀ ਹਾਏ ਬਾਏ ਕਰੋ। One hour later. ਮੰਮੀ ਚੱਲੋ ਨਾਲ, ਥੋੜ੍ਹਾ ਫੋਟੋ ਕਰ ਦੀ ਸਾਹਮਣੇ।
हूँ बजा रहे हो थोड़ा जग जुग तो समान देख रहे हैं। लोग करते इंजॉय ते ऐसी करते घर के काम फैमिली ने ऑर्गेनाइजेशन सैड लाइक पूरा टाइम लास्ट करी डंडा अगे नु पूरा पूरा टाइम ਹੁਣ ਹੋ ਰਹਿ ਗਿਆ ਜਾਗੋ ਮੈਂ ਤਾਂ ਆਪੇ ਹਿਸਾਬ ਕਰ ਲੂੰਗਾ ਜਿੰਨੇ ਦਿਨ ਹੋਇਆ ਉਹ ਮਾਮਾ ਮੈਨੂੰ ਕਹਿ ਗਿਆ ਤਾਂ ਕਹਿੰਦਾ ਮਾੜਾ ਜਿਹਾ ਟੈਂਪੂ ਵਾਲਾ ਕਰਾ ਦੇਣਾ ਪੱਕਾ ਆਏ years later ਤੇ ਇਹਦਾ ਵਲੌਗ ਆਪਾਂ ਇੱਥੇ ਹੀ ਐਂਡ ਕਰ ਰਹੇ ਹਾਂ ਤੇ ਮੈਂ ਬਹੁਤ ਥੱਕ ਚੁੱਕੀ ਮੈਂ ਪੱਗ ਬੁੱਗ ਆਪਣੀ ਖੋਲ ਦਿੱਤੀ ਤੇ ਹੁਣ ਬਸ ਰੈਸਟ ਕਰੂੰਗਾ ਸੌਂਗਾ ਕੱਲ੍ਹ ਵਿਆਹ ਹੈ ਅਤੇ ਹੁਣ ਕੰਮ ਵਗੈਰਾ ਦੇਖਣੇ ਪੈਣੇ ਆ ਮੇਰੇ ਭਾਈ ਭੂਈ ਮੇਰੇ ਸਾਰੇ ਕਜ਼ਨ ਵਗੈਰਾ ਸਾਰੇ ਹੈਲਪ ਕਰ ਰਹੇ ਮਾਮਾ ਜੀ ਨੇ ਸਾਰੇ ਚਾਚਾ ਜੀ ਹੋਰ ਨੇ ਸਾਰੇ ਕੰਮ ਕੁੰਮ ਕਰ ਰਹੇ ਵਿਆਹ ਦੇ ਹੈਲਪ ਹੁਲਪ ਕਰ ਰਹੇ ਕਿਉਂਕਿ ਜਦੋਂ ਘਰ ਦੇ ਵਿੱਚ ਫੰਕਸ਼ਨ ਹੁੰਦਾ ਤਾਂ ਤਾਏ ਚਾਚੇ ਮਿਲ ਕੇ ਮਾਮੇ ਉਮੇ ਸਾਰੇ ਮਿਲ ਕੇ ਕੰਮ ਕੁੰਮ ਕਰਦੇ ਫਿਰ ਮਤਲਬ ਸਹੀ ਹੋਏਗਾ ਕੰਮ ਜਲਦੀ ਵੀ ਹੋਏਗਾ ਇੱਕ ਤਾਂ ਐਵੇਂ ਦਾ ਹੈਲਪ ਮਿਲ ਜਾਂਦੀ ਆ ਇੱਕ ਦੂਜੇ ਦੀ ਤਾਂ ਕਿ ਅਤੇ ਇਹਨਾਂ ਨੇ ਇਕੱਠੇ ਹੁੰਦੇ ਸਾਰੇ ਚਿਲ ਚੁਲ ਕਰਦੇ ਆ ਸੋ ਹੁਣ ਬਸ ਮੈਂ ਥੱਕ ਗਿਆ ਤੁਸੀਂ ਅੱਜ ਦੇ ਆ ਵਲੋਗ ਜੇ ਤੁਸੀਂ ਦੇਖਿਆ ਸੋ ਆਈ ਹੋਪ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗੂਗਾ ਸੋ ਮੇਕ ਸ਼ੋਰ ਯੂ ਹਿੱਟ ਦਾ ਲਾਈਕ ਐਂਡ ਸਬਸਕ੍ਰਾਈਬ ਬਟਨ ਠੀਕ ਆ ਅਤੇ ਰਾਤ ਦਾ ਟਾਈਮ 12 ਵੱਜ ਗਏ ਨੇ ਹਲੇ ਕੰਮ ਤਾਂ ਹੋ ਗਿਆ ਡਨ ਸਾਰਾ ਸਮਾਨ ਹੋ ਗਿਆ ਲੋਡ ਲੋਡ ਸਾਰੇ ਚਲੇ ਗਏ ਟੈਂਟ ਕੁੰਟ ਲਈ ਬਟ ਹੁਣ ਥੋੜ੍ਹਾ ਫਰੈਸ਼ ਹੋ ਜਾਂਦੇ ਆ ਮੂੰਹ ਮਤ ਹੋ ਗਿਆ ਠੀਕ ਆ ਸੋ ਥੈਂਕ ਯੂ ਤੁਸੀਂ ਵਲੋਗ ਦੇਖਿਆ ਟੇਕ ਕੇਅਰ ਪੀਸ ਅਤੇ ਤੁਸੀਂ ਕਮੈਂਟ ਦੇ ਵਿੱਚ ਦੱਸੋ ਤੁਹਾਨੂੰ ਮੇਰਾ ਆਊਟਫਿਟ ਮੇਰਾ ਪੱਗ ਵਾਲਾ ਲੁੱਕ ਕਿਵੇਂ ਲੱਗਿਆ ਅੱਜ ਮੈਂ 2 ਟਾਈਮ ਪੱਗ ਬੰਨੀ ਆ 2 ਵਾਰ ਦੋਨੋਂ ਅਲੱਗ ਅਲੱਗ ਕਲਰ ਦੀ ਸ਼ੇਡਸ ਦੀ ਸੋ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਹੜਾ ਆਊਟਫਿਟ ਜ਼ਿਆਦਾ ਵਧੀਆ ਲੱਗਿਆ ਅਤੇ ਵਿਆਹ ਵਾਲੇ ਵਲੋਗ 'ਚ ਤੁਸੀਂ ਦੇਖਿਓ ਆਪਾਂ
ਕਿਹੜੀ ਪੱਗ ਬੰਨਦੇ ਮੈਂ ਕੁਛ ਨਹੀਂ ਪਤਾ, ਕੰਮ ਬਹੁਤ ਆ ਹੁਣ, ਖਾਲੂ ਦੇਖ ਰਹੇ ਹਾਂ ਬਸ, ਥੈਂਕ ਯੂ। ਅਤੇ ਤੁਸੀਂ ਮੇਰੀ ਪੱਗ ਦੇਖ ਲਈ ਕਿ ਪੱਗ ਵਧੀਆ ਲੱਗਦੀ ਆ, ਅਤੇ ਜਿੰਨੀ ਮੇਰੀ ਪੱਗ ਬਣਨੀ ਫਿਲਹਾਲ, ਤਾਂ ਮੈਂ ਇਸ ਟਾਈਮ ਉਹਨੂੰ ਬੁਲਾਉਂਦਾ ਆਪਣੇ ਕੋਲ, ਮੇਰੀ ਕਜ਼ਨ